ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾਂ ਤਰਨਜੀਤ ਕਰਕਮਣ ਹਾਜ਼ਰਾਂ ਜੀ ਲੈ ਕੇ ਖਬਰ ਟੋਰਾਂਟੋ ਸਟੂਡੀਓ ਤੋਂ ਖਬਰ ਸਾਂਝੀ ਕਰਨ ਲੱਗਿਆਂ ਬ੍ਰਾਮਟਨ ਦੇ ਨਾਲ ਸੰਬੰਧਿਤ ਜਿੱਥੇ ਇੱਕ ਗੱੜ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਜਿੱਥੇ ਇੱਕ 9mm ਬ੍ਰੇਟਾ ਹੈਂਡਕਨ ਬ੍ਰਾਮਤ ਕੀਤੀ ਗਈ ਹੈ ਤਾਂ ਉੱਥੇ ਹੀ ਇਸ ਸੰਬੰਧੀ 8 ਲੋਕਾਂ ਤੇ ਵਕਫਾਕ ਤਾਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹਨਾਂ ਦੀ ਪਛਾਣ ਜਾਰੀ ਕੀਤੀ ਗਈ ਹੈ ਅਤੇ ਇਹ ਸਾਰੇ ਹੀ ਪੰਜਾਬੀ ਹਨ ਅਸਲ ਦੇ ਵਿੱਚ ਪੀਲ ਰਿਜਨਲ ਪੁਲਿਸ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਨੂੰ 2 ਅਕਤੂਬਰ ਦੀ ਰਾਤ ਸਥਾਨਕ ਲੋਕਾਂ ਵੱਲੋਂ ਗੋਲੀ ਚੱਲਣ ਦੀ ਘਟਨਾ ਬਾਰੇ ਫੋਨ 'ਤੇ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਜਨਲ ਸਟਰੀਟ ਅਤੇ ਬ੍ਰਿਸਟਲ ਡਰਾਈਵ ਬ੍ਰਾਮਟਨ ਦੇ ਏਰੀਆ ਵਿੱਚ ਪਹੁੰਚੇ ਹਾਲਾਂਕਿ ਮੌਕੇ 'ਤੇ ਕੋਈ ਵੀ ਜ਼ਖਮੀ ਨਹੀਂ ਸੀ ਪਰ ਪੁਲਿਸ ਨੇ ਜਦਕਰ ਦੀ ਤਲਾਸ਼ੀ ਲਈ ਤਾਂ ਉੱਥੇ ਮੌਜੂਦ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੰਗਲਵਾਰ ਨੂੰ ਦਿੱਤੀ ਜਾਣਕਾਰੀ ਵਿੱਚ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਕਾਰਚੋਂ ਤਲਾਸ਼ੀ ਦੌਰਾਨ ਇੱਕ 9mm ਬਰੇਟਾ ਹੈਂਡਗਨ ਮਿਲੀ ਹੈ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਉਮਰ 19 ਤੋਂ 26 ਸਾਲ ਦੇ ਵਿਚਕਾਰ ਹੈ ਤੇ ਇਹਨਾਂ ਉੱਤੇ ਵੱਖ-ਵੱਖ ਤਾਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 21 ਸਾਲਾ ਰਾਜਨਦੀਪ ਸਿੰਘ 22 ਸਾਲਾ ਜਗਦੀਪ ਸਿੰਘ 19 ਸਾਲਾ ਏਕਮਜੋਤ ਰੰਦਾਵਾ ਮਨਿੰਦਰ ਸਿੰਘ 26 ਸਾਲ ਹਰਪ੍ਰੀਤ ਸਿੰਘ 23 ਸਾਲ 22 ਸਾਲਾ ਰਿਪਨਜੋਤ ਸਿੰਘ 22 ਸਾਲਾ ਜਪਨਦੀਪ ਸਿੰਘ ਅਤੇ 26 ਸਾਲਾ ਲਵਪ੍ਰੀਤ ਸਿੰਘ ਵਜੋਂ ਹੀ ਹੈ ਇਹ ਸਾਰੇ ਬ੍ਰੈਂਟਨ ਦੇ ਰਹਿਣ ਵਾਲੇ ਨੇ ਤੇ ਇਹਨਾਂ ਉੱਤੇ ਗੋਲੀਬਾਰੀ ਸਬੰਧੀ ਵੀ ਮਾਮਲਾ ਦਰਜ ਕੀਤਾ ਗਿਆ ਹੈ ਇਹਨਾਂ ਨੂੰ ਜ਼ਮਾਨਤ ਲਈ ਬ੍ਰੈਂਟਨ ਕੋਰਟ ਆਫ ਜਸਟਿਸ ਬ੍ਰੈਂਟਨ ਵਿੱਚ ਪੇਸ਼ ਕੀਤਾ ਗਿਆ ਉਥੇ ਦੂਜੇ ਪਾਸੇ 2020 ਵਿੱਚ ਹਾਈਵੇ 10 ਤੇ 올ਡ ਲੇਨ ਬੇਸ ਦੇ ਨਜ਼ਦੀਕ ਇੱਕ ਡੰਪ ਟਰੱਕ ਨਾਲ ਜ਼ਬਰਦਸਤ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਡੰਪਰ ਟਰੱਕ ਦੇ ਡਰਾਈਵਰ ਉਪਕਰਨ ਸੰਦੂ ਨੂੰ ਦੋਸ਼ੀ ਠਰਾਇਆ ਗਿਆ ਸੀ। ਇਸ ਹਾਦਸੇ ਦਾ ਮ੍ਰਿਤਕਾ ਦੇ ਪਰਿਵਾਰ ਤੇ ਕੀ ਅਸਰ ਪਿਆ ਇਸ ਲਈ 29 ਸਤੰਬਰ ਨੂੰ ਵਿਕਟਿਮ ਇੰਪੈਕਟ ਸਟੇਟਮੈਂਟ ਅਦਾਲਤ ਵਿੱਚ ਹੋਣੀ ਸੀ। ਪਰ ਜਿਸ ਡਰਾਈਵਰ ਨੂੰ ਇਸ ਪੂਰੇ ਹਾਦਸੇ ਲਈ ਜ਼ਿੰਮੇਵਾਰ ਮੰਨਿਆ ਗਿਆ ਉਹੀ ਇਸ ਸਟੇਟਮੈਂਟ ਦੇਤੇ ਹਾਜ਼ਰ ਨਹੀਂ ਹੋਇਆ। ਇਸ ਮੌਕੇ ਤੇ ਜੱਜ ਸਟੀਫਨ ਬੁਰਾਕੀ ਨੇ ਕਿਹਾ ਕਿ ਇਹ ਅਦਾਲਤ ਅਤੇ ਪੀੜਤ ਪਰਿਵਾਰ ਦਾ અપਮਾਨ ਹੈ ਜੱਜ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਇਸ ਦਰਦ ਨੂੰ ਮਹਿਸੂਸ ਕਰਨ ਲਈ ਇੱਥੇ ਮੌਜੂਦ ਹੋਵੇ ਜਿਸ ਤੋਂ ਬਾਅਦ ਜੱਜ ਨੇ ਸਜ਼ਾ ਦੇਣ ਲਈ ਦਿਨ ਬਦਲ ਕੇ 13 ਅਕਤੂਬਰ ਦਾ ਕਰ ਦਿੱਤਾ ਅਤੇ ਉਪਕਰਨ ਸੰਦੂ ਨੂੰ ਉਸ ਦਿਨ ਅਦਾਲਤ ਵਿੱਚ ਹਾਜ਼ਰ ਹੋਣ ਦੇ ਹੁਕਮ ਵੀ ਜਾਰੀ ਕੀਤੇ ਨੇ ਇਸ ਤੋਂ ਪਹਿਲਾਂ ਸਪਿੰਗ ਦੇ ਵਿੱਚ ਜੱਜ ਨੇ ਸੰਦੂ ਨੂੰ ਲਾਪਰਵਾਹੀ ਨਾਲ ਡਰਾਈਵਿੰਗ ਕਰਦਿਆਂ ਕਿਸੇ ਦੀ ਜਾਨ ਲੈਣ ਦੇ ਮਾਮਲੇ ਸਣੇ ਚਾਰ ਹੋਰ ਦੋਸ਼ ਐਡ ਕੀਤੇ ਸੀ ਦੱਸਦੀ ਹੈ ਕਿ ਹਾਦਸਾ 19 ਅਗਸਤ 2020 ਨੂੰ ਵਾਪਰਿਆ ਸੀ 50 ਸਾਲਾ ਲੋਪੇਸ਼ ਦੀ ਇਸ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਇਸ ਪੂਰੇ ਮਾਮਲੇ ਦੌਰਾਨ ਨਾ ਤਾਂ ਸੰਦੂ ਨੇ ਕੋਈ ਵਕੀਲ ਹਾਇਰ ਕੀਤਾ ਤੇ ਨਾ ਹੀ ਆਪਣੇ ਬਚਾਅ ਵਿੱਚ ਕੁਝ ਬੋਲਿਆ ਜੱਜ ਨੇ ਕਿਹਾ ਕਿ ਜੇਕਰ ਸੰਦੂ 13 ਅਕਤੂਬਰ ਨੂੰ ਵੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਸਜ਼ਾ ਸੁਣਾਈ ਜਾਏਗੀ ਨਾਲ ਹੀ ਜੱਜ ਨੇ ਇਹ ਵੀ ਕਿਹਾ ਕਿ ਉਹ ਪਰਿਵਾਰ ਤੋਂ ਮਾਫੀ ਮੰਗਦੇ ਹਨ ਦੀ ਨਾ ਦੀ ਅਜ ਸਟੇਟਮੈਂਟ ਨਹੀਂ ਹੋ ਪਾਈ ਪਰ ਸਾਨੂੰ ਉਸ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦਾ ਮੌਕਾ ਦੇਣਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਕੀ ਸੰਦੂ ਉਸ ਦਿਨ ਅਦਾਲਤ ਵਿੱਚ ਹਾਜ਼ਰ ਹੁੰਦਾ ਹੈ ਜਾਂ ਨਹੀਂ ਉਥੇ ਹੀ ਸਰੀ ਦੇ ਵਿੱਚ 3 ਨਵੰਬਰ 2022 ਨੂੰ ਹੋਈ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਜਿਸ ਵਿੱਚ 24 ਸਾਲਾ ਨੌਜਵਾਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ ਮ੍ਰਿਤਕ ਦੀ ਪਛਾਣ 24 ਸਾਲਾ ਪਵਨਦੀਪ ਚੋਪੜਾ ਵਜੋਂ ਕੀਤੀ ਗਈ ਹੈ ਇਸ ਮਾਮਲੇ ਵਿੱਚ ਲਗਭਗ 1 ਸਾਲ ਬਾਅਦ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਤਿੰਨ ਚੱਕੀਆਂ ਦੇ ਫਰਸਟ ਡਿਗਰੀ ਮਰਡਰ ਅਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਆਇਤ ਕੀਤੇ ਗਏ ਨੇ ਇਹਨਾਂ ਦੀ ਪਛਾਣ ਨਾਰਥ ਯਾਕ ਵਾਸੀ 24 ਸਾਲਾ ਲਾਸਕੇਲ ਟਿੰਟੇਲ ब्रैम्प्टन वासी 22 ਸਾਲਾ ਸਿਗੋਵਿਆ ਸੈਨ ਹਿਉਜ਼ਾ ਤੇ 25 ਸਾਲਾ ਐਵਰਟਸਫੋਰਡ ਵਾਸੀ ਟੈਰੀ ਮੈਕਡੋਨਲਡ ਵਜੋਂ ਹੋਈ ਹੈ ਹੋਮਸਾਈਡ ਜਾਂਚ ਕਰਤਾਵਾਂ ਨੇ ਇਸ ਮਾਮਲੇ ਵਿੱਚ ਸਹਾਤ ਦੇਣ ਲਈ ਸਰੀ RCMP, ਵੈਸਟ ਕੈਲੋਨਾ RCMP, ਪੀਲ ਰੀਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਬਿਊਰੋ ਰਿਪੋਰਟ ਹਮਦਰਥ ਨਿਊਜ਼